ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਦੇ ਜਨਮ ਦਿਨ ਮੌਕੇ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕਰੀਬ 43 ਲੱਖ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ 5 ਲੱਖ ਰੁਪਏ ਤੱਕ ਦੀ ਕੈਸ਼ਲੈਸ ਮੈਡੀਕਲ ਬੀਮਾ ਯੋਜਨਾ ਦਾ ਉਦਘਾਟਨ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਹਾਲੀ ਵਿਖੇ ਕੀਤਾ ਗਿਆ ਉੱਥੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਵੱਲੋਂ ਨਾ ਪੁੱਜਣ 'ਤੇ ਮੌਜੂਦਾ ਵਿਧਾਇਕ ਸੁਰਿੰਦਰ ਡਾਵਰ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਹੈ ਕਿ ਇਸ ਲਾਭਪਾਤਰੀ ਯੋਜਨਾ ਅਧੀਨ ਪੰਜਾਬ ਦੇ 43 ਲੱਖ ਪਰਿਵਾਰ 250 ਪ੍ਰਾਈਵੇਟ ਅਤੇ 200 ਸਰਕਾਰੀ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਵਿੱਚ ਕਰਵਾ ਸਕਣਗੇ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਦਰਸ਼ਤਾ ਦੇ ਸਦਕਾ ਅੱਜ ਅਸੀਂ ਇੱਥੇ ਸਰਬਤ ਸਿਹਤ ਬੀਮਾ ਯੋਜਨਾ ਲਾਂਚ ਕਰਨ ਵਾਸਤੇ ਜਾ ਰਹੇ ਹਾਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਮੋਹਾਲੀ ਤੋਂ ਲਾਂਚ ਕਰਨ ਲਈ ਜਾ ਰਹੇ ਨੇ ਅਤੇ ਸਾਡੀ ਡਿਊਟੀ ਇੱਥੇ ਬ੍ਰਹਮ ਮਹਿੰਦਰਾ ਜੀ ਸਾਡੇ ਲੋਕਲ ਬਾਡੀ ਮਿਨਿਸਟਰ ਉਹਨਾਂ ਨੇ ਅੱਜ ਇੱਥੇ ਆਉਣਾ ਸੀ, ਕਿਸੇ ਕਾਰਨਵਸ਼ ਕੋਈ ਇੱਦਾਂ ਦੀ ਐਮਰਜੈਂਸੀ ਮੀਟਿੰਗ ਆਉਣ ਕਰ ਇੱਥੇ ਨਹੀਂ ਆਏ, ਉਹਨਾਂ ਨੇ ਮੇਰੀ ਡਿਊਟੀ ਲਗਾਈ ਹੈ। ਸੋ ਜਿਹੜਾ ਬੀਮਾ ਯੋਜਨਾ ਸ਼ੁਰੂ ਕਰਨ ਵਾਸਤੇ ਜਾ ਰਹੇ ਹਾਂ, 43 ਲੱਖ ਫੈਮਲੀਆਂ ਨੂੰ ਇਸ ਦਾ ਪੰਜਾਬ ਦੇ ਵਿੱਚ ਲਾਭ ਮਿਲੇਗਾ ਔਰ ਇਹਦੇ ਵਿੱਚ 250 ਦੇ ਕਰੀਬ ਜਿਹੜੇ ਨੇ ਪ੍ਰਾਈਵੇਟ ਜਿਹੜੇ ਹੋਸਪਿਟਲ ਨੇ, 200 ਦੇ ਕਰੀਬ ਗੌਰਮੈਂਟ ਦੇ ਹੋਸਪਿਟਲ ਨੇ, 5 ਲੱਖ ਤੱਕ ਦਾ ਇਲਾਜ ਜਾ ਕੇ ਆਪਣੀ ਫੈਮਲੀ ਆ ਜਾ ਕੇ ਉਹ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਵੀ ਜਾ ਕੇ ਕਰਾ ਸਕਦੀ ਹੈ। ਔਰ ਮੈਂ ਸਮਝਦਾ ਕਿ ਬੜੀ ਅੱਛੀ ਜਿਹੜੀ ਬੀਮਾ ਯੋਜਨਾ ਜੇ ਪੰਜਾਬ ਦੇ ਵਿੱਚ ਆਈ ਆ, ਔਰ ਮੈਂ ਤਾਂ ਅੱਜ ਇਸ ਅੱਛੇ ਕੰਮ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦਾ ਔਰ ਇਹਦੇ ਨਾਲ ਨਾਲ ਅੱਜ ਸਾਡੇ ਦੇਸ਼ ਦੇ ਪੂਰਵ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦਾ ਜਨਮ ਦਿਨ ਵੀ ਹੈ। ਸੋ ਅੱਜ ਮੈਂ ਸਮਝਦਾ ਕਿ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਇਹ ਮੌਕੇ 'ਤੇ ਇੱਕ ਬੜਾ ਅੱਛਾ ਕੰਮ ਦਾ ਕਾਂਗਰਸ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤਾ ਜਾ ਰਿਹਾ, ਮੈਂ ਅੱਜ ਸਾਰਿਆਂ ਨੂੰ ਮੁਬਾਰਕਬਾਦ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਕਮਲਪ੍ਰੀਤ ਗਰਚਾ ਦੇ ਨਾਲ ਫੋਕਸ .ਪੰਜਾਬੀ, ਈਅਰ ਸਿਟੀ, ਈਅਰ ਨਿਊਜ਼।